ਊਟਾਂ ਦਾ ਚੁਣਾਵ। ਇਹ ਕਹਾਣੀ ਹੈ ਇੱਕ ਏਦਾਂ ਦੇ ਚੁਣਾਵੀ ਖੇਤਰ ਦੀ ਜਿੱਥੇ ਪੂਰਾ ਨਾਮ ਦਾ ਭੂਤ ਚੁਣਾਵੀ ਦੌਰ ਚ ਸੀ ਅਤੇ ਇਸ ਗੱਲ ਤੋਂ ਸਾਰੇ ਬਹੁਤ ਹੈਰਾਨ ਹੋ ਗਏ ਸੀ। ਦੇਖੋ, ਮੇਰੇ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ। ਮੇਰੇ ਤੋਂ ਬੁਰੇ ਤਾਂ ਇਹ ਇਨਸਾਨ ਨੇ ਅਤੇ ਮੈਂ ਫਿਰ ਤੁਹਾਡੇ ਖੇਤਰ ਦੇ ਲਈ ਕੰਮ ਵੀ ਤਾਂ ਕਰੂੰਗਾ। ਇੱਕ ਵਾਰ ਮੈਨੂੰ ਵੋਟ ਦੇ ਕੇ ਜਿਤਾਓ ਤਾਂ ਸਹੀ, ਫਿਰ ਦੇਖਿਓ ਮੈਂ ਤੁਹਾਡੇ ਸਾਰਿਆਂ ਲਈ ਕਿੰਨਾ ਕੰਮ ਕਰਦਾ ਹਾਂ। ਹਾਂ, ਜੈ ਹਿੰਦ। ਨੇਤਾ ਜੀ, ਮੇਰੇ ਘਰ ਵਿੱਚ ਸ਼ੌਚਾਲਿਆ ਨਹੀਂ ਹੈ। ਵੋਟਾਂ ਦੇ ਦਿਨਾਂ 'ਚ ਕਿੰਨੇ ਹੀ ਵੱਡੇ ਵੱਡੇ ਨੇਤਾ ਆਉਂਦੇ ਨੇ ਅਤੇ ਵਾਅਦੇ ਕਰਕੇ ਚਲੇ ਜਾਂਦੇ ਨੇ, ਪਰ ਕਿਸੇ ਨੇ ਵੀ ਸ਼ੌਚਾਲਿਆ ਨਹੀਂ ਬਣਵਾ ਕੇ ਦਿੱਤਾ। ਅੱਛਾ, ਤੇਰੀ ਦਿੱਕਤ ਕੱਲ ਸਵੇਰ ਤੱਕ ਦੂਰ ਹੋ ਜਾਊਗੀ। ਤੁਹਾਡੀ ਬਹੁਤ ਬਹੁਤ ਕਿਰਪਾ ਹੋਊਗੀ ਨੇਤਾ ਜੀ। ਓਏ, ਬੰਦੇ ਕੱਟ ਗਏ ਸੀ ਜਿਹੜਾ ਇਹ ਭੂਤ ਵੀ ਚੁਣਾਵਾਂ ਦੇ ਵਿੱਚ ਖੜਾ ਹੋ ਗਿਆ। ਇਨਸਾਨ ਚੁਣਾਵ ਜਿੱਤ ਕੇ ਵੀ ਸਾਡਾ ਕੀ ਭਲਾ ਕਰਦੇ ਨੇ? ਪੂਰਾ ਕੀ ਕੰਮ ਕਰੂਗਾ? ਇਹ ਤਾਂ ਸਾਰੇ ਪੈਸੇ ਉਡਾ ਕੇ ਲੈ ਜਾਊਗਾ। ਨਹੀਂ ਨਹੀਂ, ਉਹ ਏਦਾਂ ਬਿਲਕੁਲ ਨਹੀਂ ਕਰੂਗਾ, ਕਿਉਂਕਿ ਉਹਨੂੰ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਲਈ ਪੈਸੇ ਇਕੱਠੇ ਕਰਨ ਦੀ ਕੋਈ ਲੋੜ ਨਹੀਂ ਹੈ। ਹਾਂ, ਇਹ ਗੱਲ ਤਾਂ ਸਹੀ ਕਹੀ ਤੁਸੀਂ। ਵੈਸੇ ਤਾਂ ਚੁਣਾਵ ਜਿੱਤਣ ਤੋਂ ਬਾਅਦ ਇਹ ਆਪਣੀ ਜੇਬ ਭਰਦੇ ਨੇ, ਫਿਰ ਆਪਣੇ ਬੱਚਿਆਂ ਦੀ ਅਤੇ ਉਹਨਾਂ ਦੇ ਬੱਚਿਆਂ ਦੀ, ਏਦਾਂ ਹੀ ਪੈਸੇ ਇਕੱਠੇ ਕਰ ਲੈਂਦੇ ਨੇ। ਇਹੀ ਤਾਂ ਮੈਂ ਕਹਿਣਾ ਚਾਹ ਰਿਹਾ ਹਾਂ। ਮੈਂ ਤਾਂ ਭੂਰਾ ਭੂਤ ਨੂੰ ਬਹੁਤ ਪਸੰਦ ਕਰਦਾ ਹਾਂ। ਜੇ ਉਹਨੇ ਮੇਰਾ ਕੰਮ ਕਰ ਦਿੱਤਾ ਤੇ ਮੈਂ ਉਹਨੂੰ ਵੋਟ ਜ਼ਰੂਰ ਦਊਂਗਾ। ਇਹ ਤਾਂ ਚਮਤਕਾਰ ਹੋ ਗਿਆ, ਭੂਰਾ ਭੂਤ ਦੀ ਗੱਲ ਸੱਚ ਨਿਕਲੀ। ਉਹਨੇ ਰਾਤੋ ਰਾਤ ਸ਼ੌਚਾਲਿਆ ਬਣਾ ਕੇ ਆਪਣਾ ਵਾਅਦਾ ਪੂਰਾ ਕਰ ਦਿੱਤਾ। ਹੁਣ ਤਾਂ ਮੈਂ ਉਹਨੂੰ ਵੋਟ ਜ਼ਰੂਰ ਦਊਂਗਾ। ਓਏ ਵੀਰੂ, ਉਹ ਬਈ ਕਿੱਥੇ ਜਾ ਰਿਹਾ ਏ? ਇੱਥੇ ਆ, ਭੂਰਾ ਭੂਤ ਦਾ ਕਮਾਲ ਤਾਂ ਵੇਖਦਾ ਜਾ। ਕੀ ਹੋਇਆ ਹਰੀ ਬਾਈ? ਦੇਖ, ਇਹ ਸ਼ੌਚਾਲਿਆ ਭੂਰਾ ਭੂਤ ਨੇ ਬਣਾ ਦਿੱਤਾ ਏ। ਉਹਨੇ ਕੱਲ ਮੈਨੂੰ ਸ਼ੌਚਾਲਿਆ ਬਣਾਉਣ ਦਾ ਵਾਅਦਾ ਕੀਤਾ ਸੀ ਅਤੇ ਰਾਤੋ ਰਾਤ ਉਹਨੇ ਇਹਨੂੰ ਤਿਆਰ ਵੀ ਕਰ ਦਿੱਤਾ। ਓਏ, ਇਹ ਤਾਂ ਗਜਬ ਹੀ ਹੋ ਗਿਆ! ਉਹਨੇ ਚੁਣਾਵਾਂ ਤੋਂ ਪਹਿਲਾਂ ਹੀ ਆਪਣਾ ਵਾਅਦਾ ਪੂਰਾ ਵੀ ਕਰ ਦਿੱਤਾ। ਅੱਛਾ, ਇੱਕ ਗੱਲ ਸੁਣ, ਅੱਜ ਮੈਂ ਸਾਧੂ ਨੇਤਾ ਦਾ ਭਾਸ਼ਣ ਵੇਖਣ ਜਾਣਾ ਏ, ਕੀ ਤੂੰ ਉਹਦਾ ਭਾਸ਼ਣ ਸੁਣਨ ਦੇ ਲਈ ਚੱਲੇਗਾ? ਹਾਂ ਹਾਂ, ਜਾਵਾਂਗਾ ਤੇ ਜ਼ਰੂਰ, ਪਰ ਵੋਟ ਤਾਂ ਮੈਂ ਭੂਰਾ ਭੂਤ ਨੂੰ ਹੀ ਦਊਂਗਾ। ਭਰਾਵੋ, ਜੇ ਤੁਸੀਂ ਮੇਰਾ ਸਾਥ ਦਿਓਗੇ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਸਾਰੀ ਸੁਵਿਧਾਵਾਂ ਫ੍ਰੀ 'ਚ ਦਿਆਂਗਾ, ਜਿਹੜੀ ਅੱਜ ਤੱਕ ਕਿਸੇ ਨੇ ਨਹੀਂ ਦਿੱਤੀ। ਮੈਂ ਇਸ ਪਿੰਡ ਨੂੰ ਸਵਰਗ ਬਣਾ ਦਊਂਗਾ, ਸਵਰਗ! ਇਹਦੇ ਤੋਂ ਜ਼ਿਆਦਾ ਮੈਂ ਤੁਹਾਡੇ ਸਾਰਿਆਂ ਦੇ ਨਾਲ ਵਾਅਦਾ ਨਹੀਂ ਕਰਾਂਗਾ। ਓਏ ਸਾਧੂ ਨੇਤਾ ਤਾਂ ਕਹਿ ਰਿਹਾ ਸੀ ਕਿ ਉਹ ਸਾਰੀ ਸੁਵਿਧਾ ਫ੍ਰੀ 'ਚ ਦਊਗਾ, ਜਿਹੜੀਆਂ ਅੱਜ ਤੱਕ ਕਿਸੇ ਨੇ ਨਹੀਂ ਦਿੱਤੀਆਂ। ਇਹ ਨੇਤਾਵਾਂ ਨੂੰ ਬਸ ਭਾਸ਼ਣ ਦੇਣਾ ਹੁੰਦਾ ਏ, ਇਹਨਾਂ ਨੂੰ ਕੰਮ ਨਾਲ ਕੋਈ ਮਤਲਬ ਨਹੀਂ ਏ। ਇਹ ਹਰ ਵਾਰ ਵਾਅਦੇ ਕਰਕੇ ਚਲੇ ਜਾਂਦੇ ਨੇ। ਮੈਂ ਕਿਸੇ ਨੂੰ ਨਹੀਂ ਵੋਟ ਦੇਵਾਂਗਾ, ਮੈਂ ਇਸ ਵਾਰ ਵੋਟ ਨਾ ਦੇਣ ਦਾ ਫੈਸਲਾ ਕੀਤਾ ਏ। ਤੁਸੀਂ ਇੱਕ ਵੋਟ ਨਹੀਂ ਦੇਵੋਗੇ ਤਾਂ ਕੀ ਹੋ ਜਾਊਗਾ? ਇਹਦੇ ਤੋਂ ਚੰਗਾ ਏ ਤੁਸੀਂ ਭੂਰਾ ਭੂਤ ਨੂੰ ਵੋਟ ਦੇ ਦੇਵੋ। ਨਹੀਂ ਨਹੀਂ, ਮੈਂ ਭੂਤ ਨੂੰ ਵੀ ਵੋਟ ਨਹੀਂ ਦਿੰਦਾ, ਇਨਸਾਨ ਤਾਂ ਕੰਮ ਕਰਦੇ ਨੇ, ਹੁਣ ਇਹ ਭੂਤ ਭਾਤ ਤੇ ਯਕੀਨ ਕਿਵੇਂ ਕਰੀਏ? ਨਹੀਂ ਨਹੀਂ, ਏਦਾਂ ਦੀ ਗੱਲ ਨਹੀਂ ਏ। ਭੂਰਾ ਭੂਤ ਨੇ ਹਰੀ ਬਾਈ ਦਾ ਸ਼ੌਚਾਲਿਆ ਬਣਾ ਕੇ ਚੁਣਾਵਾਂ ਤੋਂ ਪਹਿਲਾਂ ਹੀ ਆਪਣਾ ਵਾਅਦਾ ਪੂਰਾ ਕਰ ਦਿੱਤਾ। ਕੀ ਸੱਚੀ ਹੁਣ ਇਹ ਕੀਤਾ ਏ? ਹਾਂ, ਮੈਂ ਸੱਚ ਕਹਿ ਰਿਹਾ ਹਾਂ। ਇਹ ਤਾਂ ਬਹੁਤ ਚੰਗੀ ਗੱਲ ਏ। ਓਏ ਬਿਰਜੂ, ਇੰਨਾ ਉਦਾਸ ਕਿਉਂ ਏ ਬਾਈ, ਅਤੇ ਕਿੱਥੋਂ ਆ ਰਿਹਾ ਏ? ਹੈ ਓ ਯਾਰ, ਕੀ ਦੱਸਾਂ, ਕੱਲ ਰਾਤ ਮੇਰੇ ਘਰ 'ਚ ਚੋਰੀ ਹੋ ਗਈ। ਇਸ ਬਾਰੇ 'ਚ ਗੱਲ ਕਰਨ ਦੇ ਲਈ ਮੈਂ ਸਾਧੂ ਨੇਤੇ ਦੇ ਕੋਲ ਗਿਆ ਸੀ। ਅੱਛਾ, ਤੇ ਉਹਨਾਂ ਨੇ ਕੀ ਕਿਹਾ? ਉਹਨਾਂ ਨੇ ਤਾਂ ਗੱਲ ਹੀ ਨਹੀਂ ਸੁਣੀ ਤਾਂ ਕੀ ਕਹਿਣਗੇ। ਉਹਨਾਂ ਨੇ ਕਿਹਾ ਕਿ ਸਾਡੇ ਕੋਲ ਹਜੇ ਟਾਈਮ ਨਹੀਂ ਹੈਗਾ। ਅੱਛਾ, ਉਹਨਾਂ ਨੇ ਤੁਹਾਡੀ ਮਦਦ ਨਹੀਂ ਕੀਤੀ? ਇਹ ਕੋਈ ਗੱਲ ਨਹੀਂ, ਆ ਉਹ ਵੇਖੋ ਭੂਰਾ ਭੂਤ ਜਾ ਰਿਹਾ ਏ, ਉਹਦੇ ਨਾਲ ਗੱਲ ਕਰੋ। ਭੂਤ ਬਾਈ, ਮੈਂ ਤੁਹਾਡੇ ਤੋਂ ਮਦਦ ਲੈਣ ਆਇਆ ਹਾਂ। ਦੱਸ, ਤੈਨੂੰ ਕੀ ਮਦਦ ਚਾਹੀਦੀ ਏ? ਕੀ ਦੱਸਾਂ ਬਾਈ, ਕੱਲ ਰਾਤ ਮੇਰੇ ਘਰ 'ਚ ਚੋਰੀ ਹੋ ਗਈ, ਲੁਟੇਰਿਆਂ ਨੇ ਅਨਾਜ ਦਾ ਇੱਕ ਦਾਣਾ ਵੀ ਨਹੀਂ ਛੱਡਿਆ, ਤੁਸੀਂ ਮੇਰੀ ਮਦਦ ਕਰੋ।
ठीक है, मैं तेरी मदद करूंगा, चल मेरे नाल। केड़ा है इस चौपड़ी विच, हुने बाहर निकलो। मैं रहिंदा हां, तुसी सारे कौन ते इत्थे की करन आए हो? मैं कोल दे पिंड दा नेता हां, अते मैं तेरे कोल आया हां। पर तुसी मेरे कोल क्यों आए हो? की तू रात नू बिरजू दे घरे चोरी कीती सी? मैं ता कोई चोरी नहीं कीती। वेख, मेनू झूठे पसंद नहीं है, जल्दी ही बिरजू दा समान वापस कर दे, अते सारेयां तो माफी मांग कि तू कदे एदां दा बुरा काम नहीं करेगा। ओए तुसी मेरी गल क्यों नहीं सुनदे, मैं कोई चोरी नहीं कीती। ये तेरी बोरी है? हाँ हाँ, ये ता मेरी अनाज दी बोरी है। तुहाडा बहुत बहुत धन्यवाद, तुसी नहीं हुंदे ता पता नहीं मेरा की हुंदा। हाँ। ओए, एदे च धन्यवाद करन दी केड़ी गल है, तुसी सारिया ने मेनू अपना नेता चुनिया है, ते नेते दे रूप विच तुहाडी मदद करना ता मेरा फर्ज है। मैं तेनू माफ किता, पर तू वादा कर कि हुन कदे भी चोरी नहीं करेगा। मैं वादा करदा हां कि अज तो बाद कदे चोरी नहीं करूंगा। ठीक है बाबा जी, हुन तुसी ही मेरी इज्जत बचा सकदे हो। की होया? गल ए दरअसल कि ओ पूरा पूत जदों दा चुनाव लड़न दे लई खड़ा होया है, सब ओना नु ही वोट देन दीयां गल्लां कर रहे ने। एदे च मैं की कर सकदा है? तुसी ओनू चुनाव लड़न तो रोक लवो। नहीं, मैं ओनू नहीं रोक सकदा, ओ पिंड वालियां दे कहंते ही चुनाव लड़ रहा है। अच्छा, वेखो मैं तुहाडे सारिया तो माफी मंगदा हां कि मैं जो वोटां दे टाइम ते तुहाडे नाल वादे कीते ओ मैं पूरे नहीं कीते, पर हुण मैं वादा करदा हां जो भी मैं वादा करांगा ओ पूरा जरूर करांगा। झूठे वादे करने बंद कर दिते।